ਇਹ ਜਦੋਂ ਜਿਹਾ ਛੋਟੀ ਜਿਹੀ ਗੱਲ ਨਹੀਂ, ਪਹਿਲੀ ਵਾਰੀ ਤਕਲੀਫ ਹੋਈ ਬਾਦਲ ਨੂੰ, ਉਹਦੇ ਪੇਟ ਦਰਦ ਹੋਇਆ, ਪਹਿਲੀ ਵਾਰੀ ਉਹਨੂੰ ਤਕਲੀਫ ਹੋਈ, ਕਹਿੰਦਾ ਮੈਂ 22 ਦੇ ਇਲੈਕਸ਼ਨ ਛੱਡ ਦੂੰਗਾ ਪਰ ਕਮੇਟੀ ਨਹੀਂ ਮੈਂ ਖੋਣ ਦੇਣੀ ਕਿਸੇ ਨੂੰ। ਕਮੇਟੀ ਦਾ ਜਿਵੇਂ ਅਕਾਲ ਪੁਰਖ ਸੱਚੇ ਵੇਗਰੂ ਨੇ ਇਹਦੇ ਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਵੇ, ਅਤੇ ਪੁੱਤ ਕਹਿੰਦਾ ਕਿ ਇਲੈਕਸ਼ਨ ਕਰਾ ਕੇ ਦੇਖ ਲਓ ਭਾਈਵਾਲੀ, ਤੇਰੀ ਭਾਜਪਾ ਨਾਲ ਇਲੈਕਸ਼ਨ ਅਸੀਂ ਕਰਾਵਾਂਗੇ। ਇਲੈਕਸ਼ਨ ਰੱਦ ਹੋਈ, ਕੀਤੀ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਸਟੇ ਨਹੀਂ ਦਿੱਤਾ। ਤੇਰੇ ਪਿਓ ਨੇ ਹੋਮ ਸੈਕਟਰੀ ਤੋਂ ਸਾਈਨ ਕਰਵਾ ਕੇ ਇੱਕ ਚਿੱਠੀ ਲੈ ਕੇ ਹਾਊਸ ਬਣਾ ਲਿਆ, ਤੂੰ ਨਜਾਇਜ਼ ਕਬਜ਼ਾ ਕਰੀ ਬੈਠਾ, ਇਲੈਕਸ਼ਨ ਅਸੀਂ ਕਰਾਉਣੇ, ਸਾਡੇ ਹੱਥ 'ਚ ਹੁੰਦੇ ਇਲੈਕਸ਼ਨ ਕਰਾਉਣੇ, ਤੈਨੂੰ ਇੱਥੇ ਬੈਠਣ ਦਿੰਦੇ, ਤੇਰੇ 'ਚ ਹਿੰਮਤ ਆ ਤਾਂ ਤੂੰ ਕਰਾ ਇਲੈਕਸ਼ਨ, ਅਸੀਂ ਤੈਨੂੰ ਦੇਖਾਂਗੇ ਤੂੰ ਕਿੱਥੇ ਖੜਾ। ਤੋ ਸਾਡੀ ਇਹੀ ਵੇਦਨਾ ਕਿ ਆਪਾਂ ਇਕੱਠੇ ਹੋ ਕੇ ਆਪਣਾ ਧਰਮ ਬਚਾਈਏ। ਤੁਸੀਂ ਜਿਹੜੀ ਵੀ ਪਾਰਟੀ 'ਚ ਹੋ, ਆਮ ਆਦਮੀ ਪਾਰਟੀ 'ਚ ਹੋ, ਅਕਾਲੀ ਹੋ, ਜੇ ਤੁਸੀਂ ਖਰੇ ਅਕਾਲੀ ਹੋ, ਜੇ ਤੁਸੀਂ ਅਕਾਲ ਪੁਰਖ ਦੇ ਮਨ ਨੂੰ ਭਾਉਂਦੇ ਅਕਾਲੀ ਹੋ, ਫਿਰ ਸਾਡੇ ਨਾਲ ਖੜੋ। ਕਿਉਂਕਿ ਅਕਾਲੀ ਅਕਾਲ ਪੁਰਖ ਦੇ ਹੁਕਮ ਨਾਲ ਬਣਿਆ, ਉਹ ਬਾਦਲ ਦੀ ਜਰ ਖਰੀਦ ਨਹੀਂ। ਕੋਈ ਨੀਲੀ ਪੱਗ ਬੰਨ੍ਹ ਕੇ ਅਤੇ ਕੌਮ ਨੂੰ ਲੁੱਟ ਕੇ ਚਲਾ ਜਾਏ ਤਾਂ ਉਹਦਾ ਨਾਂ ਅਕਾਲੀ ਨਹੀਂ। ਲੁੱਟ ਖਾਣ ਨੂੰ ਹੋਰ ਅਕਾਲੀ, ਕੁੱਟ ਖਾਣ ਨੂੰ ਹੋਰ ਅਕਾਲੀ, ਜੇਬ ਭਰਨ ਨੂੰ ਹੋਰ ਅਕਾਲੀ, ਜੇਲ੍ਹ ਭਰਨ ਨੂੰ ਹੋਰ ਅਕਾਲੀ, ਅਕਾਲੀ ਸੀ ਪਰ ਅੱਜ ਜਿਹੜਾ ਬਾਦਲ ਨੂੰ ਮੱਥਾ ਟੇਕਣ ਡਿਆ ਅਕਾਲੀ ਨਹੀਂ, ਇਹ ਬਹਿਰੂਪੀਆ। ਕਦੀ ਰੱਬ ਨੂੰ ਜਾਣ ਦੇਣ ਵਾਲਾ ਇਹ ਇਸ ਜਨਮ ਦੇ ਵਿੱਚ ਇਸ ਖੇਤ ਦੇ ਵਿੱਚ ਇਹ ਨਿਰਣਾ ਕਰ ਲਓ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੁਣਾਉਣ ਵਾਲਾ, ਪੜ੍ਹਾਉਣ ਵਾਲਾ ਅਤੇ ਉਹਦੇ ਪਾੜਨ ਵਾਲਿਆਂ ਦੀ ਰਖਵਾਲੀ ਕਰਨ ਵਾਲਾ ਬਾਦਲ, ਉਹਦੇ ਨਾਲ ਮੈਂ ਖੜਾਂ? ਬਾਦਲ ਨਾਲ ਖੜ ਜੂ ਕੋਈ ਜੇ ਅਕਾਲੀ ਹੋਊ ਤਾਂ? ਅਸੀਂ ਰੱਬ ਨੂੰ ਜਾਣ ਦੇਣੀ ਹੈ, ਅਤੇ ਉਸ ਪਰਮਾਤਮਾ ਨੇ ਉਸ ਅਕਾਲ ਪੁਰਖ ਦੇ ਹੁਕਮ ਨਾਲ ਇਹ ਪੰਥ ਸਾਜਿਆ ਜਿਹੜਾ ਦਸਮ ਪਾਤਸ਼ਾਹ ਨੇ ਆਪਣਾ ਪਰਿਵਾਰ ਵਾਰ ਕੇ ਸਾਜਿਆ। ਇਹਦਾ ਬੇੜਾ ਗਰ ਕਰਨ ਵਾਲਾ ਜਿਹੜਾ, ਉਹਦੇ ਨਾਲ ਕੋਈ ਖੜੂਗਾ ਤਾਂ ਉਹ ਅਕਾਲੀ ਖਵਾਊਗਾ? ਉਹਨੂੰ ਕੌਣ ਅਕਾਲੀ ਕਹੂਗਾ? ਧੜੇਬਾਜ਼ੀਆਂ 'ਚ ਨਾ ਪਾਓ, ਧਰਮ ਨੂੰ ਬਚਾ ਲਓ।